ਤੁਹਾਡੇ ਤੇ ਲੋਕ ਵਿਸ਼ਵਾਸ ਕਿਵੇਂ ਕਰਨਗੇ ਬੀਜੇਪੀ ਦੇ, ਕਿਉਂਕਿ ਅੱਜ ਫਿਰ ਕਿਸਾਨਾਂ ਸੰਯੁਕਤ ਕਿਸਾਨਾਂ ਵੱਲੋਂ ਜਿਹੜੀਆਂ ਹੈਗੀਆਂ ਰੇਲਾਂ ਰੋਕੀਆਂ ਗਈਆਂ ਬੀਜੇਪੀ ਦੀ ਵਿਰੋਧ ਦੇ ਵਿੱਚ? ਤਾਂ ਕਿਸਾਨਾਂ ਲਈ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਹੀ ਅੱਗੇ ਆ ਕੇ ਕੰਮ ਕੀਤਾ ਹੈ ਔਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਬਾਰੇ ਪਹਿਲਾਂ ਸੋਚਦੀ ਹੈ ਕਿਉਂਕਿ ਸਾਡਾ ਅੰਨਦਾਤਾ ਹੈ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕੱਲ੍ਹ ਕੇਜਰੀਵਾਲ ਤੋਂ CBI ਨੇ ਪੁੱਛਗਿੱਛ ਕੀਤੀ ਹੈ, ਵਿਰੋਧੀ ਤਾਂ ਕਹਿੰਦੇ ਕਿ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੀ ਹੈ ਬੀਜੇਪੀ, ਇਹਨਾਂ ਨੂੰ ਸਾਡਾ ਰਾਸ਼ਟਰੀ ਪਾਰਟੀ ਬਣਨਾ ਹਜ਼ਮ ਨਹੀਂ ਆ ਰਿਹਾ। ਜੇ ਤਾਂ ਪੰਜਾਬ ਦੇ ਵਿੱਚ ਵਿਜੀਲੈਂਸ ਕਾਰਵਾਈ ਕਰਦੀ ਹੈ ਉਹ ਤਾਂ ਜੀ ਕਰਪਸ਼ਨ ਦੇ ਖਿਲਾਫ ਹੈ, ਤੇ ਜੇ ਦਿੱਲੀ ਦੇ ਵਿੱਚ CBI ਕੋਈ ਕਾਰਵਾਈ ਕਰਦੀ ਹੈ ਕਰਪਸ਼ਨ ਦੇ ਖਿਲਾਫ, ਉਹਨੂੰ ਇਹ ਕਹਿੰਦੇ ਜੀ ਧੱਕਾ ਕਰਦੇ। ਦੇਖੋ ਮੇਰਾ ਕਹਿਣਾ ਇਹ ਹੈ ਕਿ ਜੇ ਦੁਨੀਆ ਦੇ ਵਿੱਚ ਸਭ ਤੋਂ ਕਰਪਟ ਅਤੇ ਝੂਠਾ ਆਦਮੀ ਹੈ ਉਹ ਕੇਜਰੀਵਾਲ, ਉਹ ਐਕਸਾਈਜ਼ ਪਾਲਿਸੀ ਦੇ ਵਿੱਚ ਸਰਕਾਰ ਨੂੰ ਤਾਂ ਚੂਨਾ ਲਾਇਆ, ਕਹਿੰਦੇ 5 ਪੈਸੇ ਨਹੀਂ ਕੱਢ ਸਕੇ ਅਜੇ ਤੱਕ। ਨਹੀਂ, ਸਾਰੇ ਇਲਜ਼ਾਮ ਝੂਠੇ ਲਾ ਰਹੇ ਨੇ ਕਿ ਇਹਨਾਂ ਨੂੰ ਹਾਜ਼ਮ ਨਹੀਂ ਆ ਰਿਹਾ ਰਾਸ਼ਟਰਪਤੀ ਪਾਰਟੀ ਬਣਨਾ, ਇਸ ਜਾਣ ਬੁੱਝ ਕੇ ਤੋੜ ਮਰੋੜ ਕਰਕੇ ਸਾਡੇ 'ਤੇ ਜਿਹੜਾ ਕਿ ਪ੍ਰੈਸ਼ਰ ਥੋਪ ਰਹੇ ਨੇ। ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਜੇ ਜਿਹੜੀ ਆਵਾਕਰ ਨੀਤੀ ਉੱਥੇ ਚੱਲੀ ਹੈ ਉਹੀ ਪੰਜਾਬ ਦੇ ਵਿੱਚ ਬਣੀ ਹੈ, ਕਹਿੰਦੇ ਭਗਵੰਤ ਸਿੰਘ ਮਾਨ ਤੋਂ ਵੀ ਕਹਿੰਦੇ ਪੁੱਛਗਿੱਛ ਹੋਣੀ ਚਾਹੀਦੀ ਹੈ। ਅੱਜ ਤੁਸੀਂ ਦੇਖੋ ਪੰਜਾਬ ਦੇ ਪੈਸਾ ਲੁੱਟ ਕੇ ਬਾਹਰਲੇ ਜਿਹੜੇ ਆਪਣੇ ਹੈਗੇ ਨੇ ਸੂਬੇ ਨੇ ਉਹਨਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ, ਪੰਜਾਬ ਦਾ ਪੈਸਾ ਹੀ ਵਰਤਿਆ ਜਾ ਰਿਹਾ, ਕਰਨੀ ਚਾਹੀਦੀ ਇਸ ਤਰ੍ਹਾਂ ਡਿਮਾਂਡ ਕਰਦੇ ਹਾਂ। ਇਹ ਸਾਰਾ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਤਾਂ ਨਹੀਂ ਹੋ ਰਿਹਾ? ਜਿਵੇਂ ਚੰਨੀ ਨੂੰ ਬੁਲਾਇਆ ਜਾ ਰਿਹਾ, ਤੁਸੀਂ ਉੱਧਰ ਕੇਜਰੀਵਾਲ ਨੂੰ ਬੁਲਾ ਲਿਆ, ਕਹਿੰਦੇ ਵਿਰੋਧੀ ਕਹਿੰਦੇ ਇੱਧਰ ਚੰਨੀ ਨੇ ਚੰਨੀ ਨੂੰ ਵਿਜੀਲੈਂਸ ਨੇ ਬੁਲਾ ਲਿਆ। ਅਤੇ ਜੇ ਦਿੱਲੀ ਦੇ ਵਿੱਚ ਐਡਾ ਵੱਡਾ ਘਪਲਾ ਹੋਇਆ ਉੱਥੇ ਠੇਕੇਦਾਰਾਂ ਦਾ ਕਮਿਸ਼ਨ ਵਧਾ ਤਾ ਅਤੇ ਪੰਜਾਬ ਦੇ ਵਿੱਚ ਕਿਹੜਾ ਨਹੀਂ ਹੋਇਆ? ਸੋ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਪਾਲਿਸੀ ਦੀ ਜਾਂਚ ਹੋ ਕੇ ਅੱਜ ਇਹਨਾਂ ਦੇ ਡਿਪਟੀ ਜਿਹੜੇ ਮੁੱਖ ਮੰਤਰੀ ਹੈ ਉਹ ਨਿਆਂਇਕ ਹਿਰਾਸਤ ਦੇ ਵਿੱਚ ਨੇ CBI ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਵੀ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਔਰ ਇਹਦੇ ਲਈ ਮੈਂ ਸਮਝਦਾ ਕਿ ਜਿਹੜਾ ਇੱਥੇ ਵੀ ਇਹ ਬਹੁਤ ਵੱਡਾ ਘਪਲਾ ਨਿਕਲਣਾ ਹੈ ਉਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਜ਼ਿੰਮੇਦਾਰ ਹੈ। ਕਿ ਅੱਜ ਪੰਜਾਬ ਇੱਕ ਜੰਗਲ ਰਾਜ ਬਣ ਗਿਆ, ਉਹ ਕਹਿੰਦੇ ਜੇ ਤੁਸੀਂ ਜੰਗਲ ਰਾਜ ਦੀ ਗੱਲ ਕਰਦੇ ਹੋ ਉਹ ਕਹਿੰਦੇ ਜੋ ਕੰਮ ਅਸੀਂ ਕਰ ਰਹੇ, ਬੇਸ਼ੱਕ ਕੱਲ੍ਹ ਜੋ ਲਿਫਾਫੇ ਖੁੱਲ੍ਹੇ ਨੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ, ਨਾ ਹੀ ਭਗਵੰਤ ਮਾਨ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਕੀ ਕਰਦੇ ਨੇ, ਸੋਢੀ ਸਾਹਿਬ ਤੁਸੀਂ ਵੀ ਉਸ ਸਰਕਾਰ 'ਚ ਭਾਈਵਾਲ ਰਹੇ ਹੋ, 10 ਸਾਲ ਰਹੇ ਤੁਸੀਂ ਉਹ ਲਿਫਾਫੇ ਨਹੀਂ ਖੋਲ੍ਹੇ ਜਾਂ ਕਾਂਗਰਸ ਦੀ ਪਿਛਲੀ ਸਰਕਾਰ ਰਹੀ ਹੈ, ਉਹ ਕਹਿੰਦੇ ਇਹ ਕੰਮਾਂ ਨੂੰ ਤਾਂ ਤੁਸੀਂ ਐਪਰੀਸ਼ੀਏਟ ਕਰਦੇ ਨਹੀਂ ਜਿਹੜੇ ਕੰਮ ਕਰਨ ਵਾਲੇ ਨੇ। ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦਾ ਪੂਰਾ ਫਿਕਰ ਨਹੀਂ, ਉਹ ਅੱਜ ਕੀ ਹੈ ਕੇਜਰੀਵਾਲ ਦੇ ਇਸ਼ਾਰੇ 'ਤੇ ਪੰਜਾਬ ਦੇ ਪੈਸੇ ਨਾਲ ਕਰਨਾਟਕਾ ਦੇ ਵਿੱਚ ਰੋਡ ਸ਼ੋਅ ਕਰ ਰਹੇ ਹੈ, ਲੇਕਿਨ ਪੰਜਾਬ 'ਚ ਕੀ ਹੋ ਰਿਹਾ? ਪੰਜਾਬ 'ਚ ਹਾਹਾਕਾਰ ਮੱਚੀ ਪਈ ਹੈ। ਪੰਜਾਬ ਦੀ ਸਰਕਾਰ ਨੇ ਚੁਟਕੀ ਨਾਲ 5 ਮਿੰਟਾਂ 'ਚ MSP ਦੇ ਦਿਆਂਗੇ, ਇਹਨਾਂ ਦੇ ਮੰਤਰੀ ਕਹਿ ਰਹੇ ਸੀ ਅੱਜ 5 ਮਿੰਟਾਂ 'ਚ MSP ਦੇ ਤੀ। ਇਹਨਾਂ ਨੇ ਕੀਤਾ ਕੀ ਹੈ, ਇਹਨਾਂ ਨੇ ਸਿਰਫ ਅਸੀਂ ਸਿਕਿਉਰਿਟੀ ਨਹੀਂ ਲਵਾਂਗੇ, ਅੱਜ ਹਰ ਇਹਨਾਂ ਦੇ MLA ਦੇ ਨਾਲ 6-6 ਕਮਾਂਡੋ ਨੇ, ਅੱਜ ਤੁਸੀਂ ਦੇਖੋ ਕਿ ਉਵੇਂ ਗੱਡੀਆਂ ਲੈ ਕੇ ਜਾ ਰਹੇ ਨੇ, ਉਵੇਂ ਹੂਟਰ ਵੱਜ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੇ ਹੈ ਜੀ? ਖਾਸ ਆਦਮੀ ਦੀ ਸਰਕਾਰ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਾਏ TV ਦੇਖ ਰਹੇ ਹੋ ਅਤੇ ਮੈਂ ਹਾਂ ਪਰਵਿੰਦਰ ਸਿੰਘ। ਖਾਸ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਤੁਹਾਡਾ ਸਵਾਗਤ ਹੈ। ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਵੱਖ-ਵੱਖ ਰਾਜਨੀਤਿਕ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇ। ਅੱਜ ਮੈਂ ਮੁਲਾਕਾਤ ਕਰਵਾਵਾਂਗਾ ਤੁਹਾਡੀ ਦਿਲਦਾਰ ਸੋਢੀ ਦੇ ਨਾਲ, ਜੋ BJP ਦੇ ਸੀਨੀਅਰ ਲੀਡਰ ਨੇ। ਜਿੱਥੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ, ਉੱਥੇ ਆਉਣ ਵਾਲੀ ਜੀਵਨੀ ਚੋਣ ਜਲੰਧਰ 'ਤੇ ਵੀ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਕਰ ਲੈਂਦੇ ਸੋਢੀ ਸਾਹਿਬ, ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਤੁਹਾਡੇ ਸਾਰੇ ਜਿਹੜੇ ਲੋਕਰਾਏ TV ਦੇ ਦਰਸ਼ਕ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਿਹਤ ਠੀਕ ਹੈ? ਬਹੁਤ ਵਧੀਆ, ਤੰਦਰੁਸਤ ਰਹਿੰਦੇ ਹੋ? ਪਰਮਾਤਮਾ ਦੀ ਕਿਰਪਾ। ਸੋਢੀ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ, ਮੈਂ ਨਿੱਜੀ ਜ਼ਿੰਦਗੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਐਤਕੀ ਜਦੋਂ ਤੁਹਾਨੂੰ ਮੌੜ ਦੇ ਵਿੱਚੋਂ ਇਲੈਕਸ਼ਨ ਲੜਾਇਆ ਗਿਆ, ਕਿਤੇ ਉਦੋਂ ਤੁਹਾਡੇ ਇਹ ਤਾਂ ਨਹੀਂ ਕਹਿ, ਵਿਰੋਧੀ ਤਾਂ ਕਹਿੰਦੇ ਵੀ ਮਰਿਆ ਸੱਪ ਦਿਆਲਦਾ ਸੋਢੀ ਦੇ ਜਿਹੜੇ ਗੱਲ 'ਚ ਪਤਾ? ਦੇਖੋ ਇਸ ਤਰ੍ਹਾਂ ਪਰਮਿੰਦਰ ਜੀ, ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਸੱਚਾ ਸੁੱਚਾ ਅਤੇ ਵਫ਼ਾਦਾਰ ਸਿਪਾਹੀ ਹਾਂ। ਮੈਂ 1996 ਤੋਂ ਲੈ ਕੇ ਅੱਜ ਤੱਕ ਕੇਵਲ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਕੀਤੀ ਹੈ ਔਰ ਪਾਰਟੀ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਹੈ ਔਰ ਮੈਂ ਪਾਰਟੀ ਦੇ ਇੱਕ ਵਿਚਾਰ ਨਾਲ ਜੁੜਿਆ ਹੋਇਆ ਵਿਅਕਤੀ ਹਾਂ। ਪਾਰਟੀ ਦੇ ਵਿੱਚ ਚੰਗੇ ਸਮੇਂ ਵੀ ਆਉਂਦੇ ਆ, ਮਾੜੇ ਸਮੇਂ ਵੀ ਆਉਂਦੇ ਆ ਜੀ, ਔਰ ਚੰਗੇ ਸਮੇਂ ਦੇ ਵਿੱਚ ਜਦੋਂ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਉਦੋਂ
ਜਿਹੜਾ ਹੈਗਾ ਪਾਰਟੀ ਦੇ ਸਰਕਾਰ ਦਾ ਆਨੰਦ ਵੀ ਲਈਦਾ ਔਰ ਜੇ ਕਦੇ ਸਰਕਾਰ ਨਹੀਂ ਹੁੰਦੀ ਤਾਂ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਆ ਉਹਨਾਂ ਦੇ ਮੁੱਦਿਆਂ ਨੂੰ ਉਠਾਇਆ ਜਾਂਦਾ ਔਰ ਸਰਕਾਰ ਨੂੰ ਜਿਹੜਾ ਹੈਗਾ ਜਗਾਇਆ ਜਾਂਦਾ ਲੇਕਿਨ ਇਸ ਵਾਰ ਪਾਰਟੀ ਨੇ 2022 'ਚ ਫੈਸਲਾ ਕੀਤਾ ਕਿ ਪਾਰਟੀ ਨੇ 73 ਸੀਟਾਂ ਲੜਨੀਆਂ ਔਰ ਉਹਨਾਂ 73 ਸੀਟਾਂ ਦੇ ਵਿੱਚੋਂ ਮੌੜ 1 ਸੀ ਤੇ ਉਸ ਕਰਕੇ ਮੌੜ ਦਾ ਉਹਨਾਂ ਨੇ ਪਾਰਟੀ ਨੇ ਸਰਵੇ ਵੀ ਕਰਵਾਇਆ ਔਰ ਪਾਰਟੀ ਨੇ ਮੈਨੂੰ ਕਿਹਾ ਕਿ ਮੌੜ ਤੋਂ ਜਿਹੜਾ ਇਲੈਕਸ਼ਨ ਹੈ ਮੈਨੂੰ ਵੈਸੇ ਆਪ ਨੂੰ ਵੀ ਸ਼ੌਂਕ ਸੀ ਇਲੈਕਸ਼ਨ ਲੜਨ ਦਾ ਮੈਨੂੰ ਪਾਰਟੀ ਨੇ ਪੁੱਛਿਆ ਕਿ ਤੁਸੀਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਸੀ ਬਿਲਕੁਲ ਮੈਂ ਪਹਿਲਾਂ 2008 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਿਆ ਸੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਪੁੱਛੋ ਜੋਣ ਤੋਂ ਜੀ ਤੇ ਉਸ ਤੋਂ ਬਾਅਦ ਮੇਰੇ ਮਨ ਵਿੱਚ ਇੱਛਾ ਸੀ ਕਿ ਸਾਡੀ ਪਾਰਟੀ ਕਿਤੇ ਇਲੈਕਸ਼ਨ ਲੜੇ ਤੇ ਅਸੀਂ ਵੀ ਇਲੈਕਸ਼ਨ ਲੜੀਏ ਕਿਉਂਕਿ ਰਾਜਨੀਤੀ ਦੇ ਵਿੱਚ ਜਿੱਥੇ ਅਸੀਂ ਪਾਰਟੀ ਦੇ ਸੰਗਠਨ 'ਚ ਕੰਮ ਕਰਦੇ ਹਾਂ ਤੇ ਉੱਥੇ ਜਿਹੜਾ ਚੁਣਾਵੀ ਰਾਜਨੀਤੀ ਹੈ ਉਹ ਵੀ ਕਰਨੀ ਜ਼ਰੂਰੀ ਹੈ ਸੋ ਇਸ ਕਰਕੇ ਮੇਰਾ ਤਜਰਬਾ ਕਹਿ ਲਓ ਇੱਕ ਪ੍ਰੈਕਟੀਕਲ ਕਹਿ ਲਓ ਅਤੇ ਪਾਰਟੀ ਨੇ ਮੈਨੂੰ ਹੁਕਮ ਕੀਤਾ ਕਿ ਤੁਸੀਂ ਇਲੈਕਸ਼ਨ ਮੌੜ ਤੋਂ ਲੜ ਸਕਦੇ ਹੋ ਅਤੇ ਮੈਂ ਇਲੈਕਸ਼ਨ ਲੜਿਆ ਅਤੇ ਮੈਂ ਸਮਝਦਾ ਹਾਂ ਕਿ ਪਾਰਟੀ ਨੇ ਮੈਨੂੰ ਇਲੈਕਸ਼ਨ ਲੜਾ ਕੇ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਖਾਸ ਤੌਰ 'ਤੇ ਜਿਹੜਾ ਮੌੜ ਹਲਕਾ ਹੈ ਇੱਕ ਪੇਂਡੂ ਹਲਕਾ ਹੈ ਅਤੇ ਉਹਦੇ ਵਿੱਚ ਮੈਨੂੰ ਪਾਰਟੀ ਦਾ ਵਿਸਥਾਰ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਜਾਣ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ ਬਿਲਕੁਲ ਹਾਂਜੀ ਛੋਟੇ ਸਾਹਿਬ ਜਲੰਧਰ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਕਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸਭ ਤੋਂ ਪਹਿਲਾਂ ਅਤੇ ਕਿਸ ਤਰੀਕੇ ਦੇ ਨਾਲ ਉੱਤੇ ਇਲੈਕਸ਼ਨ ਤੁਸੀਂ ਲੜੋਗੇ ਦੇਖੋ ਮੈਂ ਸਮਝਦਾ ਕਿ ਜਿਹੜਾ ਜਲੰਧਰ ਦੀ ਜਿਮਣੀ ਚੋਣ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਲਈ ਤਾਂ ਪ੍ਰੀਖਿਆ ਦੀ ਘੜੀ ਹੈ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਨੇ ਰਲ ਕੇ ਇਲੈਕਸ਼ਨ ਲੜੇ ਹੈ ਲੇਕਿਨ ਜਦੋਂ ਸੰਗਰੂਰ ਦਾ ਬਾਈ ਇਲੈਕਸ਼ਨ ਆਇਆ ਉਦੋਂ ਪਾਰਟੀ ਨੇ ਇਕੱਲਿਆਂ ਇਲੈਕਸ਼ਨ ਲੜਿਆ ਅਤੇ ਸਾਨੂੰ ਬੜੇ ਤਜਰਬੇ ਹੋਏ ਉਹਦੇ ਵਿੱਚ ਔਰ ਉਹਨਾਂ ਦੀਆਂ ਜਿਹੜੀਆਂ ਕਮੀਆਂ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਕੇ ਜਿਹੜਾ ਜਲੰਧਰ ਲੋਕ ਸਭਾ ਦਾ ਬਾਈ ਇਲੈਕਸ਼ਨ ਹੈ ਇਹ ਪੂਰੀ ਪਲਾਨਿੰਗ ਦੇ ਨਾਲ ਲੜਿਆ ਜਾ ਰਿਹਾ ਹੈ ਪਲਾਨਿੰਗ ਤੋਂ ਭਾਵ ਕੀ ਹੈ ਕਿ ਬੂਥ ਤੋਂ ਲੈ ਕੇ ਪੂਰਾ ਢਾਂਚਾ ਪਹਿਲਾਂ ਤਿਆਰ ਕੀਤਾ ਗਿਆ ਔਰ ਪੂਰੀ ਮੰਡਲਾਂ ਦੀਆਂ ਟੀਮਾਂ ਜ਼ਿਲ੍ਹੇ ਦੀਆਂ ਟੀਮਾਂ ਜਿੰਨੇ ਵੀ ਉਹ ਨੌ ਵਿਧਾਨ ਸਭਾ ਹਲਕੇ ਪੈਂਦੇ ਸਾਡੀ ਬੀਜੇਪੀ ਦਾ ਉੱਥੇ ਸੰਗਠਨ ਪੂਰਾ ਔਰ ਪਾਰਟੀ ਦੇ ਸਾਡੇ ਜਿਹੜੇ ਇੰਚਾਰਜ ਨੇ ਵਿਜੇ ਰੂਪਾਨੀ ਜੀ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਹੈ ਸਾਡੇ ਨਰਿੰਦਰ ਰੈਣਾ ਜੀ ਹੈ ਜਿਹੜੇ ਪਾਰਟੀ ਦੇ ਸਹਿ ਇੰਚਾਰਜ ਨੇ ਔਰ ਮਹਿੰਦਰਪਾਲ ਜੀ ਜਿਹੜੇ ਸਪੈਸ਼ਲੀ ਯੂਪੀ 'ਚੋਂ ਲਾਏ ਗਏ ਹੈ ਪੂਰੀ ਟੀਮ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਅਸੀਂ ਇੱਕ ਇੱਕ ਜਿਹੜਾ ਹੈਗਾ ਪਾਰਟੀ ਦਾ ਬਲੌਕ ਦਿੱਤਾ ਗਿਆ ਉਹ ਆਪਣੀਆਂ ਟੀਮਾਂ ਲੈ ਕੇ ਪੂਰੇ ਉੱਥੇ ਯਾਨੀ ਕਿ ਸਿਰਾ ਬੈਠੇ ਸਰ ਮੈਂ ਤੁਹਾਡਾ ਮੈਂ ਗੱਲ ਕਰਦਾ ਤੁਹਾਡੇ 'ਤੇ ਲੋਕ ਵਿਸ਼ਵਾਸ ਕਿਵੇਂ ਕਰਨਗੇ ਬੀਜੇਪੀ 'ਤੇ ਕਿਉਂਕਿ ਅੱਜ ਫਿਰ ਕਿਸਾਨਾਂ ਸੰਯੁਕਤ ਕਿਸਾਨਾਂ ਵੱਲੋਂ ਜਿਹੜੀਆਂ ਹੈਗੀਆਂ ਰੇਲਾਂ ਰੋਕੀਆਂ ਗਈਆਂ ਬੀਜੇਪੀ ਦੀ ਵਿਰੋਧ ਦੇ ਵਿੱਚ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਜਲੰਧਰ ਦੇ ਲੋਕ ਨੇ ਖਾਸ ਤੌਰ 'ਤੇ ਜਿਹਨੂੰ ਅਸੀਂ ਦੁਆਬੇ ਦਾ ਏਰੀਏ ਦੇ ਵਿੱਚ ਫਾਰਵਰਡ ਵੀ ਲੋਕ ਕਹਿੰਦੇ ਆ ਕਿ ਬੜੇ ਲੋਕ ਉਹ ਫਾਰਵਰਡ ਨੇ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਜੇ ਅਸੀਂ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਤੋਂ ਇੱਥੋਂ ਮੈਂਬਰ ਜਿਤਾ ਕੇ ਭੇਜਾਂਗੇ ਤੇ ਉਹਨਾਂ ਨੂੰ ਬੜੀਆਂ ਸਹੂਲਤਾਂ ਮਿਲ ਸਕਦੀਆਂ ਕਿਉਂਕਿ ਜਿਹੜਾ MP ਲੋਕ ਸਭਾ ਦੀ ਜਿਹੜੀ ਸਰਕਾਰ ਹੈ ਮੌਜੂਦਾ ਉਹਦੇ ਹਾਣ ਦਾ MP ਬਣਦਾ ਹੈ ਉਸ ਪਾਰਟੀ ਦਾ MP ਬਣਦਾ ਹੈ ਉਹ ਕੇਂਦਰ ਦੇ ਵਿੱਚੋਂ ਬਹੁਤ ਕੁਝ ਲਿਆ ਸਕਦਾ ਹੈ ਮੈਂ ਤੁਹਾਡੇ ਜ਼ਰੀਏ ਜਿਹੜੇ ਜਲੰਧਰ ਦੇ ਲੋਕ ਨੇ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਉਹ ਆਪਣੇ ਇਸ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਤਾਂ ਉੱਥੇ ਵੀ ਹੈਗੇ ਸੋਢੀ ਸਾਹਿਬ ਉਹ ਗੱਲ ਲੈ ਕੇ ਆਉਣਾ ਕਿਸਾਨ ਤਾਂ ਉੱਥੇ ਵੀ ਹੈਗੇ ਨਾ ਪਿੰਡਾਂ 'ਚ ਕਿਸਾਨ ਤਾਂ ਉੱਥੇ ਵੀ ਦੇਖੋ ਉੱਥੇ ਕੀ ਹੈ ਕਿ ਜਿਹੜੀ ਕਿਸਾਨੀ ਦੀ ਗੱਲ ਹੈ ਭਾਰਤੀ ਜਨਤਾ ਪਾਰਟੀ ਨੇ ਕਿਸਾਨੀ ਲਈ ਬਹੁਤ ਕੁਝ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਜੇ ਦੇਸ਼ ਦੇ ਵਿੱਚ ਫਸਲ ਬੀਮਾ ਯੋਜਨਾ ਲਾਗੂ ਕੀਤੀ ਹੈ ਹਰਿਆਣੇ ਦੇ ਲੋਕਾਂ ਨੂੰ ਉੱਥੇ ਲਾਭ ਮਿਲਿਆ ਹੈ ਔਰ ਦੂਜਾ ਜਿਸ ਤਰ੍ਹਾਂ ਦਾ ਕਿਸਾਨ ਸਨਮਾਨ ਨਿਧੀ ਹੈ ਔਰ ਜਿਸ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਜਿਹੜੀ ਸਿੰਚਾਈ ਯੋਜਨਾ ਹੈ ਔਰ ਸਾਰੀਆਂ ਗੱਲਾਂ ਨੂੰ ਲੈ ਕੇ ਜੇ ਅਸੀਂ ਕੰਪੈਰੀਜ਼ਨ ਕਰੀਏ ਤਾਂ ਕਿਸਾਨਾਂ ਲਈ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਹੀ ਅੱਗੇ ਆ ਕੇ ਕੰਮ ਕੀਤਾ ਔਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਬਾਰੇ ਪਹਿਲਾਂ ਸੋਚਦੀ ਹੈ ਕਿਉਂਕਿ ਸਾਡਾ ਅੰਨਦਾਤਾ ਹੈ ਜੇ ਦੇਸ਼ ਦਾ ਕਿਸਾਨ ਖੁਸ਼ਹਾਲ ਹੈ ਤਾਂ ਫਿਰ ਸੂਬਾ ਵੀ ਅਤੇ ਦੇਸ਼ ਵੀ ਖੁਸ਼ਹਾਲ ਹੈ ਸੋ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੈ ਉਹ ਕਿਸਾਨਾਂ ਬਾਰੇ ਬਹੁਤ ਕੁਝ ਸੋਚਦੇ ਵੀ ਹੈ ਔਰ ਕਰਦੇ ਵੀ ਹੈ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕੱਲ੍ਹ ਕੇਜਰੀਵਾਲ ਤੋਂ CBI ਨੇ ਪੁੱਛਗਿੱਛ ਕੀਤੀ ਹੈ ਵਿਰੋਧੀ ਤਾਂ ਕਹਿੰਦੇ ਕਿ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੀ ਹੈ ਬੀਜੇਪੀ ਇਹਨਾਂ ਨੂੰ ਸਾਡਾ ਰਾਸ਼ਟਰੀ ਪਾਰਟੀ ਬਣਨਾ ਹਜ਼ਮ ਨਹੀਂ ਆ ਰਿਹਾ ਅੱਛਾ ਅੱਛਾ ਦੇਖੋ ਮੇਰਾ ਕਹਿਣਾ ਇਹ ਹੈ ਪਰਮਿੰਦਰ ਜੀ ਕਿ ਜੇ ਤਾਂ ਪੰਜਾਬ ਦੇ ਵਿੱਚ ਵਿਜੀਲੈਂਸ ਕਾਰਵਾਈ ਕਰਦੀ ਹੈ ਉਹ ਤਾਂ ਜੀ ਕਰਪਸ਼ਨ ਦੇ ਖਿਲਾਫ ਹੈ ਅਤੇ ਜੇ ਦਿੱਲੀ ਦੇ ਵਿੱਚ CBI
कोई कार्रवाई करती है करप्शन के खिलाफ उन्होंने ये कहते जी धक्का करते हैं, ये CBI गलत वरतते हैं जी, ED गलत वरतते हैं। हुण मैं तुहानू दसना चाहुंदा कि सतिंदर जैन जी इन्हां दे मिनिस्टर ने, उन्हां दी हजे तक एक साल हो गया जमानत नहीं हो सकी, कोर्ट के विच मामला है। अगर कोर्ट नू पक्के सबूत मिले ने इस करके जमानत नहीं हो रही कि भ्रिष्टाचार किया। और दूजे पास इन्हां दे जिहड़े डिप्टी मुख्यमंत्री ने मनीष सिसोदिया जी, उन्हां दी भी न्यायिक हिरासत दे विच कल वाधा होया, उन्हां दी जमानत नहीं हो रही। वो इस करके नहीं हो रही क्योंकि इन्होंने जेड़े घपले करके पैसा इकट्ठा किया, जिहड़ी उत्थे एक्साइज पॉलिसी इन्होंने वरती है, वो एक्साइज पॉलिसी दे विच सरकार नूं तां चूना लाया, कहते पंज पैसे नहीं कढ सके अजे तक, नहीं सारे इल्जाम झूठे ला रहे ने कि इन्हां नूं हाजम नहीं आ रहा राष्ट्रपति पार्टी बनना, इस जाण बुझ के तोड़ मरोड़ करके साडे ते जिहड़ा कि प्रैशर थोप रहे ने। देखो मेरा कहना यह है कि जे दुनिया दे विच सब तो करप्ट ते झूठा आदमी है वह केजरीवाल है। अज तुसी देखो पंजाब दे पैसा लुट के बाहरले जिहड़े अपने हैगे ने सूबे ने उन्हां दे विच प्रचार किया जा रहा है, पंजाब दा पैसा ही वरत्या जा रहा है। और जिहड़ा दिल्ली दे विच भी इन्हां ने चाहे वह महल्ला क्लीनिकां दी गल कीती, तो मैं समझूंगा कि जिहड़ी इह कहिंदे जी असीं शराब सस्ती करके दुकानां दे उपर शराब विकण लाती, वह एक सूबे दे हित दी गल नहीं है। जिहड़ी पॉलिसी एक्साइज दे विच इन्हां ने दिल्ली च वरती उही पंजाब दे विच वरती, फिर इन्होंने वापस ली। मेरा कहना यह है कि सारा कुछ कदे भी केंद्र की सरकार किसी ना धक्का नहीं करती, सबूतों के आधार पर काम किया गया। और तुसी वेखोगे कि ये बहुत बड़े घपले निकलने वाले ने, और जेडे 15 किलो घ्यो की गल की गई है, तुसी देखा होगा कि 15 किलो घ्यो पहुँच गया, वह 15 किलो घ्यो की गल नहीं 15 करोड़ की गल की गई है। तुसी वेखोगे कि आने वाले समय के की घपले आम आदमी पार्टी की सरकार से निकलते हैं, और ये बिल्कुल दिल्ली च भी फेल होए ने और पंजाब दे विच भी फेल होए ने। जिवें सुखबीर सिंह बादल कहिंदे ने कि जे जिहड़ी आवाकर नीति उत्थे चली है उही पंजाब दे विच बनी है, कहिंदे भगवंत सिंह मान तो भी कहिंदे पुछगिछ होनी चाहीदी है। देखो मैं पहली गल की है कि जदों पंजाब दे अफसरां नूं सद के दिल्ली दे विच बहा के पॉलिसी बनाई, उही पॉलिसी पंजाब दे विच लागू की। ते जे दिल्ली दे विच एडा वड्डा घपला होया उत्थे ठेकेदारां दा कमिशन बधाता ते पंजाब दे विच किहड़ा नहीं होया। सो असी भी इह मंग करदे आ कि जिस तरह वो पॉलिसी की जाँच हो के अज इन्हां दे डिप्टी जिहड़े मुख्यमंत्री है वो न्यायिक हिरासत दे विच ने CBI दे विच, तां पंजाब दे विच भी इहदी पूरी जाँच होनी चाहीदी है। और इहदे लई मैं समझदा कि जिहड़ा इत्थे भी इह बहुत वड्डा घपला निकलना है उहदे लई पंजाब दा मुख्यमंत्री भगवंत मान भी जिम्मेदार है, तो वो भी जांच होनी चाहिए है, बिल्कुल होनी चाहिए है, करनी चाहिए, इस तरह डिमांड करते हैं। ये सारा जलंधर जिमनी चोन में लैके तो नहीं हो रहा, जिम्मे चन्नी नू बुलाया जा रहा है, तुसी उधर केजरीवाल नू बुला लिया, कहते विरोधी कहते इधर चन्नी ने चन्नी नू विजिलेंस ने बुला लिया, नहीं एहो जी गल नहीं हैगी। देखो समय से कोई भी इलैक्शन है जे किसी मैंबर पार्लीमेंट की मृत्यु हुई है तो वह चोन कमीशन का एक अधिकार है कि उन्हें वो इलैक्शन करवाना होंगे, लेकिन साडा कहना यह है कि भारतीय जनता पार्टी जिहड़ी हैगी है वह करप्शन के मामले दे विच बिल्कुल समझौता नहीं करती, जीरो टॉलरेंस है। असी कहने कि जिस किसी बंदे ने चाहे वह भारतीय जनता पार्टी का चाहे वह कांग्रेस का चाहे श्रोमणी अकाली दल का किसी भी पार्टी BJP को बस नहीं चंगी मशीन है कि जिहड़ा उधरों हुंदा है वो कहते BJP चलाया जाए भावें JJB से चलाया जाए, पंजाब के मुख्यमंत्री ने गल कही है कहते बख्शना नहीं। असी अज भी कहने कि करप्शन के मामले से जे किसी व्यक्ति के विरुद्ध भ्रिष्टाचार के दोष साबित होंगे है होने चाहिए है, जे किसी ने घपला किया सज़ा मिलनी चाहिए है, असी कदे इस गल का विरोध नहीं करते, लेकिन असी यह जरूर कहने कि राजनीति नहीं होनी चाहिए, किसी ना धक्का नहीं होना चाहिए, जे कोई सबूत है तो सबूतों के आधार पर कार्रवाई कर गह अगे जो मामला वो कोर्ट ने करना है, लेकिन ये किसी तरह का कोई भी राजनीति ना हो और बदलाखोरी की राजनीति नहीं होनी चाहिए। साडा कहना यह है कि जिहड़ा भ्रिष्टाचार व्यक्ति है वो उत्ते कार्रवाई होनी चाहिए पर बदलाखोरी नीति नहीं होनी चाहिए। की लगता कि जो पिछले दिन कल दरबार साहब दे विच जो घटना वापरी है जी तो तुसी उहनूं किस तरह वेखदे हो कि सिखा दी सुरमोर संस्था उत्थे इस तरीके दियां शॉर्ट कपड़े पा के आना वड्डे होर हस्तियां आउंदियां उहनूं ये चीज़ां तां पता होनियां चाहीदियां ना। देखो मेरा कहना यह है परमिंदर जी इस मामले दे विच कि जिहड़ा श्री हरिमंदर साहब है उत्थे कल्ला सिख ही नहीं उत्थे वख-वख धर्मां दे वख-वख जातां दे लोक नतमस्तक हुंदे ने उत्थे आके, लेकिन जिहड़ी उत्थे कल घटना वापरी है चाहे वह कुड़ी वल्लों अपशब्द कोई बोलिया गया
चाहे मैं समझदा कि सेवादार वालों भड़काट दे विच आके बोलना हो सकता है कि वह मामला प्यार नाल भी निजिठिया जा सकता सी, प्यार दे नाल भी कहा जा सकता सी। लेकिन यह है कि जिहड़ी मर्यादा है, किसी भी आपां धार्मिक स्थान पर जाने उत्थों की मर्यादा का पूरा पालना सानू करनी चाहिए। तो लगता भी कुड़ी गलत सी? नहीं, मैं ये कहना है कि जे उन्होंने नहीं पता सी, जिवें हुण असी गुरद्वारा साहब के उपर लिखा हुंदा है कि असी अंदर जराबां लैके नहीं जा सकते। आम तौर पर गुरु ग्रंथ साहब जी की जिहड़ी महाराज की हजूरी है, असी उहदे विच जराबां ला के जाने, लिखिया भी है। मैं कहना है कि जे कोई बंदा नतमस्तक होने वास्ते आउंदा है, उहनूं मर्यादा का नहीं पता, तो मैं श्रोमणी कमेटी नूं भी बेनती करूँगा कि इस तरह के कोई बोर्ड ला दिते जाण कि इत्थे ਇਹ ਵਾਲੇ ਲੋਕ ਜੇ ਕਿਸੇ 'ਤੇ ਕੋਈ ਟੈਟੂ ਛਪਿਆ, ਕੋਈ ਸਟਿੱਕਰ ਲੱਗਿਆ, ਜਾਂ ਜਿਸ ਤਰ੍ਹਾਂ ਜਰਾਬਾਂ ਬਾਰੇ ਲਿਖਿਆ, ਉਹ ਪੂਰੀ ਮਰਿਆਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਖਾਉਣੀ ਹੈ ਨਾ। ਹੋ ਸਕਦਾ ਜਿਹੜੇ ਬਾਹਰਲੇ ਕੋਈ ਲੋਕ ਆਉਂਦੇ ਨੇ ਉਹਨਾਂ ਨੂੰ ਨਾ ਪਤਾ ਹੋਵੇ, ਤਾਂ ਮੇਰਾ ਕਹਿਣਾ ਇਹ ਹੈ ਕਿ ਜੇ ਇਹ ਕੱਲ੍ਹ ਵਾਲਾ ਮਸਲਾ ਪਿਆਰ ਦੇ ਨਾਲ ਵੀ ਆਪਸ ਵਿੱਚ ਤੂੰ ਤੂੰ ਮੈਂ ਹੋਣ ਦੀ ਬਜਾਏ ਗੱਲ ਸਾਰਥਕ ਕੀਤੀ ਜਾਂਦੀ, ਤਾਂ ਇਹ ਐਡੀ ਵੱਡੀ ਗੱਲ ਨਹੀਂ ਬਣਨੀ ਸੀ। ਸੋ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਉਹ ਲੇਡੀ ਦਾ ਮਾਮਲਾ ਆਇਆ, ਲੜਕੀ ਦਾ ਮਾਮਲਾ ਆਇਆ, ਅਤੇ ਉੱਥੇ ਜੇ ਲੇਡੀ ਸੇਵਾਦਾਰ ਵੀ ਹੋਣ ਨਾਲ, ਇਹ ਮੇਰਾ ਸੁਝਾਅ ਹੈ, ਤਾਂ ਲੇਡੀਜ਼ ਨੂੰ ਲੇਡੀਜ਼ ਜਿਹੜੀ ਵਧੀਆ ਹੈਂਡਲ ਕਰ ਸਕਦੀ ਹੈ। ਸੋ ਇਸ ਕਰਕੇ ਸਾਡਾ ਕਹਿਣਾ ਇਹ ਹੈ ਕਿ ਹਰਿਮੰਦਰ ਸਾਹਿਬ ਸਾਰੇ ਧਰਮਾਂ ਦਾ ਲੋਕ ਆਉਂਦੇ ਨੇ, ਵੱਖ ਵੱਖ ਜਾਤਾਂ ਦੇ ਲੋਕ ਆਉਂਦੇ ਨੇ, ਨਤਮਸਤਕ ਹੁੰਦੇ ਨੇ, ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋਵੇ, ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਤਰ੍ਹਾਂ ਦੀ ਪਲਾਨਿੰਗ ਕਰਨੀ ਚਾਹੀਦੀ ਹੈ, ਔਰ ਪੂਰੀ ਤਰ੍ਹਾਂ ਦਾ, ਮੈਂ ਕਹਿੰਦਾ ਕਿ ਮਰਿਆਦਾ ਪ੍ਰਤੀ ਪੂਰੀ ਤਰ੍ਹਾਂ ਦਾ ਜਿਹੜਾ ਹੈਗਾ ਉਸ ਤਰ੍ਹਾਂ ਦਾ ਕੋਈ ਬੋਰਡ ਲਾ ਕੇ, ਤਾਂ ਜਿਹੜਾ ਹੈਗਾ ਅੱਗੇ ਤੋਂ ਕੋਈ ਬੰਦਾ ਇਹੋ ਜਿਹੀ ਘਟਨਾ ਨਾ ਹੋਵੇ। ਪੰਜਾਬ ਦੇ ਵਿੱਚ ਲਾਅ ਆਰਡਰ ਦੀ ਗੱਲ ਕੀਤੀ ਜਾਵੇ, ਪੰਜਾਬ ਵਿੱਚ ਲਾਅ ਆਰਡਰ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ? ਦੇਖੋ, ਪੰਜਾਬ ਦੀ ਜਿਹੜੀ ਅੱਜ ਸਥਿਤੀ ਹੈ, ਮੈਂ ਸਮਝਦਾ ਹਾਂ ਕਿ ਕਿਸੇ ਵੀ ਸੂਬੇ ਦੀ ਅਮਨ ਸ਼ਾਂਤੀ, ਲਾਅ ਐਂਡ ਆਰਡਰ, ਉਹ ਸੂਬੇ ਦੀ ਤਰੱਕੀ ਦਾ ਇੱਕ ਧੁਰਾ ਹੁੰਦਾ ਹੈ। ਜੇ ਸੂਬੇ ਦੇ ਵਿੱਚ ਅਮਨ ਸ਼ਾਂਤੀ ਨਹੀਂ, ਕਾਨੂੰਨ ਵਿਵਸਥਾ ਵਿਗੜੀ ਹੋਈ ਹੈ, ਉੱਥੇ ਤਰੱਕੀ ਨਹੀਂ ਹੋ ਸਕਦੀ। ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਿਨੇ ਲੁੱਟਾਂ ਖੋਹਾਂ ਹੋ ਰਹੀਆਂ, ਕਤਲ ਹੋ ਰਹੇ ਨੇ, ਆਹ ਤੁਸੀਂ ਦੇਖਿਆ ਹੋਊਗਾ ਕਿ ਕੱਲ੍ਹ ਸਾਡੇ ਭਾਰਤੀ ਜਨਤਾ ਪਾਰਟੀ ਐੱਸ ਸੀ ਮੋਰਚਾ ਦੇ ਜਨਰਲ ਸੈਕਟਰੀ ਜੰਡਿਆਲਾ ਗੁਰੂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹਨਾਂ 'ਤੇ ਹਮਲਾ ਹੋਇਆ, ਦੋ ਵਿਅਕਤੀ ਆਏ, ਉਹਨਾਂ ਦੇ ਗੋਲੀ ਮਾਰ ਗਏ, ਜਾਂ ਜਿਸ ਤਰ੍ਹਾਂ ਪਹਿਲਾਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਘਟਨਾਵਾਂ ਹੁੰਦੀਆਂ ਰਹੀਆਂ, ਤੁਸੀਂ ਸਾਰੀ ਗੱਲ ਨੂੰ ਜਾਣਦੇ ਹੋ। ਉਹ ਦਿਨ ਕਿਹੜਾ ਨਹੀਂ ਕਿ ਜਿਸ ਦਿਨ ਕੋਈ ਅਣਸਖਾਵੀ ਘਟਨਾ ਨਹੀਂ ਹੁੰਦੀ। ਸੋ ਮੈਂ ਤਾਂ ਇਹ ਕਹਿਣਾ ਕਿ ਅੱਜ ਪੰਜਾਬ ਇੱਕ ਜੰਗਲ ਰਾਜ ਬਣ ਗਿਆ। ਉਹ ਕਹਿੰਦੇ, ਜੇ ਤੁਸੀਂ ਜੰਗਲ ਰਾਜ ਦੀ ਗੱਲ ਕਰਦੇ ਹੋ, ਉਹ ਕਹਿੰਦੇ ਜੋ ਕੰਮ ਅਸੀਂ ਕਰ ਰਹੇ, ਬੇਸ਼ੱਕ ਕੱਲ੍ਹ ਜੋ ਲਿਫਾਫੇ ਖੁੱਲ੍ਹੇ ਨੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ, ਨਾਇਬ ਭਗਵੰਤ ਮਾਨ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਕੀ ਕਰਦੇ ਨੇ, ਸੋਢੀ ਸਾਹਿਬ ਤੁਸੀਂ ਵੀ ਉਸ ਸਰਕਾਰ 'ਚ ਭਾਈਵਾਲ ਰਹੇ ਹੋ, 10 ਸਾਲ ਰਹੇ ਤੁਸੀਂ ਉਹ ਲਿਫਾਫੇ ਨਹੀਂ ਖੋਲ੍ਹੇ, ਜਾਂ ਕਾਂਗਰਸ ਦੀ ਪਿਛਲੀ ਸਰਕਾਰ ਰਹੀ ਹੈ। ਉਹ ਕਹਿੰਦੇ ਇਹ ਕੰਮਾਂ ਨੂੰ ਤਾਂ ਤੁਸੀਂ ਐਪਰੀਸ਼ੀਏਟ ਕਰਦੇ ਨਹੀਂ ਜਿਹੜੇ ਕੰਮ ਕਰਨ ਵਾਲੇ ਨੇ। ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ, ਅਸੀਂ ਕਹਿੰਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੀਦਾ, ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ 24 ਘੰਟਿਆਂ ਦੇ ਵਿੱਚ ਆ ਕੇ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗੇ, ਉਹ ਕਹਿੰਦੇ ਲੈਬਰੇਟਰੀ ਤੁਸੀਂ ਆਏ ਹੋ। ਨਹੀਂ ਨਹੀਂ ਨਹੀਂ, ਦੇਖੋ, ਪਹਿਲੀਆਂ ਸਰਕਾਰਾਂ ਨੇ ਜੇ ਕੋਈ ਕੰਮ ਚੰਗੇ ਨਹੀਂ ਕੀਤੇ, ਲੋਕਾਂ ਨੇ ਸਬਕ ਸਿਖਾਤਾ। ਲੇਕਿਨ ਹੁਣ ਤਾਂ ਸਾਲ ਤੋਂ ਉੱਪਰ ਹੋ ਗਿਆ ਨਾ, ਜਿਹੜੀ ਸਰਕਾਰ 24 ਘੰਟਿਆਂ 'ਚ ਮਸਲੇ ਹੱਲ ਕਰਨ ਵਾਲੀ ਸੀ, ਉਹ ਸਰਕਾਰ ਅੱਜ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। 1 ਸਾਲ ਬਾਅਦ ਉਹ ਵੀ ਰਿਪੋਰਟ ਜੇ ਕੋਰਟ ਨੇ ਖੋਲ੍ਹੀ ਹੈ, ਹਜੇ ਉਹਦੇ ਉੱਤੇ ਕੀ ਐਕਸ਼ਨ ਹੋਣਾ, ਕੀ ਕਾਨੂੰਨ ਦੇ ਮੁਤਾਬਕ ਉੱਤੇ ਕਾਰਵਾਈ ਹੋਣੀ ਹੈ। ਲੇਕਿਨ ਇਹਦਾ ਇੱਕ ਠੀਕ ਹੈ ਕਿ ਵਾਹ ਵਾਹ ਖੱਟਣੀ ਚਾਹੁੰਦੇ ਹੈ, ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦਾ ਪੂਰਾ ਫਿਕਰ ਨਹੀਂ। ਉਹ ਅੱਜ ਕੀ ਹੈ, ਕੇਜਰੀਵਾਲ ਦੇ ਇਸ਼ਾਰੇ 'ਤੇ ਪੰਜਾਬ ਦੇ ਪੈਸੇ ਨਾਲ ਕਰਨਾਟਕਾ ਦੇ ਵਿੱਚ ਰੋਡ ਸ਼ੋਅ ਕਰ ਰਹੇ ਹੈ। ਲੇਕਿਨ ਪੰਜਾਬ 'ਚ ਕੀ ਹੋ ਰਿਹਾ, ਪੰਜਾਬ 'ਚ ਹਾਹਾਕਾਰ ਮੱਚੀ ਪਈ ਹੈ। ਪੰਜਾਬ ਦਾ ਪੈਸਾ ਬਾਹਰਲੇ ਸੂਬਿਆਂ ਦੇ ਵਿੱਚ ਐਡਵਰਟਾਈਜ਼ਮੈਂਟ ਕਰੀ ਜਾ ਰਹੇ ਨੇ, ਵੀ ਉਹ ਜਿਹੜੀ ਐਡਵਰਟਾਈਜ਼ਮੈਂਟ ਪੰਜਾਬ ਦੀ ਹੈ, ਉਹਦੇ ਨਾਲ ਬਾਹਰਲੇ ਸੂਬਿਆਂ ਨੂੰ ਕੀ ਫਾਇਦਾ? ਅੱਜ ਤੁਸੀਂ ਮੈਨੂੰ ਦੱਸੋ ਕਿ ਇਹਨਾਂ ਦੇ ਸਿਰਫ ਐਲਾਨ ਹੈ, ਜੇ ਇਹਨਾਂ ਨੇ ਪੁਰਾਣੀ ਪੈਨਸ਼ਨ ਦਾ ਐਲਾਨ ਕੀਤਾ, ਉਹ ਐਲਾਨ ਹੀ ਰਹਿ ਗਿਆ। ਅੱਜ 1000 ਰੁਪਏ ਨੂੰ ਜਿਹੜੀਆਂ ਲੇਡੀਜ਼ ਨੇ, ਔਰਤਾਂ ਨੇ, ਉਡੀਕ ਰਹੀਆਂ, ਕਦੋਂ ਆਊਗਾ? ਅੱਜ 51,000 ਰੁਪਏ ਸਗਨ ਸਕੀਮ ਕਦੋਂ ਆਊਗੀ? ਅੱਜ 3,100 ਰੁਪਏ ਬੁਢਾਪਾ ਪੈਨਸ਼ਨ ਕਦੋਂ ਮਿਲੂਗੀ? ਅੱਜ ਬੇਰੁਜ਼ਗਾਰ ਟੈਂਕੀਆਂ 'ਤੇ ਚੜ੍ਹੇ ਹੈ। ਤੁਹਾਨੂੰ ਯਾਦ ਹੋਊ ਕਿ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹੀ ਭਗਵੰਤ ਮਾਨ ਜੀ ਔਰ ਕੇਜਰੀਵਾਲ ਜੀ ਆ ਕੇ ਭੈਣ ਬਣਾ ਕੇ ਬੇਰੁਜ਼ਗਾਰ ਲੜਕੀਆਂ ਨੂੰ ਕਹਿੰਦੇ ਸੀ ਕਿ ਟੈਂਕੀਆਂ ਤੋਂ ਉੱਪਰ ਆਓ, ਸਾਡੇ ਰਾਜ ਦੇ ਵਿੱਚ ਇਹ ਗੱਲ ਨਹੀਂ ਹੋਊਗੀ। ਅੱਜ ਤੁਸੀਂ ਦੇਖ ਲਓ, ਕਿਸਾਨ ਵਰਗ, ਮਜ਼ਦੂਰ ਵਰਗ, ਬੇਰੁਜ਼ਗਾਰ ਜਿਹੜੇ ਆ, ਦਲਿਤ ਹੈ, ਸੜਕਾਂ 'ਤੇ ਉਤਰੇ ਹੋਏ ਨੇ। ਕਿਸਾਨ ਵਰਗ ਤੁਹਾਡੇ 'ਤੇ ਬਹੁਤ ਦੁਖੀ ਨੇ, ਪੰਜਾਬ ਤਾਂ ਜ਼ਰੀਲਾ ਰੁਕ ਰਹੇ ਨੇ। ਮੇਰਾ ਕਹਿਣਾ ਇਹ ਹੈ ਕਿ ਕੇਂਦਰ ਦੀ ਸਰਕਾਰ ਨੇ
हमेशा किसान की तरक्की लिए मैं पहला भी किया बहुत कम किए ने, चाहे हर साल एम एस पी के वाधा होंगे, चाहे खादा से सबसिडी देने की गल है, चाहे किसान के खाते 6,000 रुपये आने की गल है, असी सोचा। लेकिन जे कोई कमियां रह गई वो कमियां हौली हौली दूर भी करांगे, पर जिस तरह की पंजाब की सरकार ने चुटकी नाल 5 मिनटां च एम एस पी दे देंगे, इन्हां दे मंत्री कह रहे सी अज 5 मिनटां च एम एस पी देती मूंगी, असी मूंगी ते एम एस पी देवांगे 10,000 क्विंटल भी इन्होंने मूंगी की चक सके एम एस पी ते। इन्होंने किया की है, इन्होंने सिर्फ असी सिक्योरिटी नहीं लवेंगे, अज हर इन्हां दे एम एल ए दे नाल 6-6 कमांडो ने, अज तुसी देखो कि उवें गड्डियां लेके जा रहे ने, उवें हूटर वज रहे ने। आम आदमी पार्टी की सरकार कित्थे है, खास आदमी की सरकार है। सो साडा कहना यह है कि अज पंजाब दे लोग पंजाब की सरकार तो अपने आप नूं ठग्या होया महसूस कर रहे जी। बहुत बहुत धन्यवाद सोढ़ी साहब, सानूं समां दित्ता, आस करदा कि जलंधर जिमनी चोण तो बाद तुहाडे नाल फिर खूब इंटरव्यू करिए ते होर पंजाब दे मुद्दे ते गलबात करिए। सोढ़ी साहब धन्यवाद समां देने लई, सति श्री अकाल जी। यह सी दयालदास सोढ़ी जो पंजाब के बी जे पी के सीनियर लीडर ने ते बी जे पी के मीत प्रधान ने पंजाब के। कल भी इन्होंने प्रैस कॉन्फ्रेंस की ते जिथे कहा कि जो मुद्दे ने पंजाब के वो असी उठावांगे। तुसी जुड़े रहो लोक राय टीवी दे नाल, कैमरामैन संदीप दे नाल, धन्यवाद।